थाना मैतर के अधीन आउंदी चौंकी बुटकला दे विच 10 साल पहला जमीन में दबा कंकाल बरामद करने की गल सामने आई है, जिसकी शनाख्त संबंधी पुलिस वालों जांच शुरू कर दी गई है। इस संबंधी जानकारी देंदिया SHO मनजिंदर सिंह ने दस्सिया कि उन्होंने पिंड दयालगढ़ का नौजवान निर्वैल सिंह ने शिकायत दर्ज करवाई थी कि उसके चाचे चाची वालों उसकी भैन का कतल करके लाश दब दी गई थी, इसको कढ़ाया जाए। इस संबंधी तहसीलदार साहब न बुला के कंकाल बाहर कढ़ाया गया और इस संबंधी कतल का मुकदमा दर्ज कर लिया गया। बाकी इस संबंधी अज तक 10 साल पहला परिवार वालों कोई गुमशुदगी की रिपोर्ट नहीं लिखाई गई थी। निर्वैल सिंह के बयान के मुताबिक यह घटना 2011 का है, जिसकी पोस्टमार्टम DNA रिपोर्ट में प्रोफाइल सामने आएगी, उदो बाकी की कार्रवाई अमल में ਲਿਆਂਦੀ ਜਾਵੇਗੀ। ਇੱਕ ਨਰਵੈਰ ਸਿੰਘ ਦਿਆਲਗੜ ਪਿੰਡ ਦਾ, ਇਹਨੇ ਕੰਪਲੇਂਟ ਦਿੱਤੀ ਸੀਗੀ ਕਿ ਮੇਰੀ ਭੈਣ ਦਾ 2011 ਦੇ ਵਿੱਚ ਮੇਰੇ ਚਾਚੇ ਚਾਚੀ ਵੱਲੋਂ ਕਤਲ ਕਰਕੇ ਉਹਦੀ ਲਾਸ਼ ਜਿਹੜੀ ਹੈ ਦੱਬ ਦਿੱਤੀ ਗਈ ਹੈ ਅਤੇ ਉਹਨੂੰ ਕੱਢਿਆ ਜਾਵੇ, ਅਤੇ ਇਸ 'ਤੇ ਜਿਹੜਾ ਉਪਰੰਤ ਜਿਹੜਾ ਮੌਕੇ 'ਤੇ ਤਹਿਸੀਲਦਾਰ ਸਾਹਿਬ ਲਾ ਕੇ ਅਤੇ ਉਹ ਕੰਕਾਲ ਨੂੰ ਕੱਢਿਆ ਗਿਆ, ਕੱਢ ਕੇ ਅਤੇ ਹੁਣ ਕੇਸ ਰਜਿਸਟਰ ਕਰਕੇ ਅਤੇ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਸਰ, ਜਿਹੜੀ ਇਹ ਜਾਣਕਾਰੀ ਕਦੋਂ ਤੁਸੀਂ ਕਿ ਉੱਥੇ ਕੰਕਾਲ ਦੱਬਿਆ ਗਿਆ? ਇਹ ਤਾਂ ਉਹਨੇ ਅੱਜ ਦੱਸਿਆ ਕੰਕਾਲ ਦੱਬਿਆ ਗਿਆ, ਪਰ ਉਹਨੇ ਦੱਸਿਆ ਕਿ ਮੈਨੂੰ 2011 ਦਾ ਪਤਾ ਸੀਗਾ। ਅਤੇ ਸਰ, ਉਹਦੇ 'ਤੇ ਇਸ ਸੰਬੰਧਿਤ ਵੀ ਕੋਈ ਕਾਰਵਾਈ ਕੀਤੀ ਜਾਏਗੀ ਕਿ ਇੰਨੇ ਸਾਲ ਦੀ ਉਹਨੇ ਜਾਣਕਾਰੀ ਜਿਹੜੀ ਉਹਨੂੰ ਹੀ ਛੁਪਾ ਕੇ ਰੱਖੀ? ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਲਾਸ਼ ਦੇਖਾਂਗੇ ਕਿ ਕਿਹੜੀ ਹੈ, ਕਿਉਂਕਿ ਪਿੰਜਰ ਮਿਲਿਆ ਇਨਸਾਨੀ ਹੈ ਜਾਂ ਲੇਡੀਜ਼ ਦੀ ਜਾਂ ਜੈਂਟਸ ਦੀ ਹੈ, ਪੂਰਾ ਵੇਰੀਫਾਈ ਕਰਨ ਤੋਂ ਉਪਰੰਤ ਜਿਹੜਾ ਵੀ ਕੋਈ ਦੋਸ਼ੀ ਪਾਏਗਾ ਉੱਥੇ ਖੁਲਾਸਾ ਸਖ਼ਤ ਕਾਰਵਾਈ ਕੀਤੀ ਜਾਏਗੀ। ਇਹਨਾਂ ਦੇ ਬਿਆਨਾਂ ਮੁਤਾਬਕ 2011 ਦਾ, ਕਰੀਬ 10 ਸਾਲ ਤੋਂ ਉੱਪਰ ਹੈ। ਤਾਂ ਸਰ, ਜਿਹੜੀ ਉਸ ਦੌਰਾਨ ਜਦੋਂ ਇਹ ਮਾਮਲਾ ਦਰਜ ਹੋਇਆ, ਕੇਸ ਦਰਜ ਹੋਇਆ, ਤਾਂ ਪੁਲਿਸ ਵੱਲੋਂ ਕੋਈ ਜਾਂਚ ਕੀਤੀ ਗਈ ਸੀ? ਕਦੋਂ ਤੋਂ? ਜਦੋਂ ਇਹ ਕੇਸ ਦਰਜ ਕੀਤਾ ਸੀ ਉਹਨਾਂ ਨੇ, ਜਦੋਂ ਕਤਲ ਹੋਇਆ ਕੋਈ ਲਾਪਤਾ ਸੀ ਕਿ ਨਹੀਂ? ਉਹ ਇਹਨਾਂ ਕੋਈ ਕੰਪਲੇਂਟ ਨਹੀਂ ਲਿਖਾਈ ਉਹਨਾਂ ਦੀ, ਕੰਪਲੇਂਟ ਕੋਈ ਨਹੀਂ, ਪਹਿਲੀ ਕੰਪਲੇਂਟ ਹੀ ਅੱਜ ਲਿਖਾਈ। ਹਾਂਜੀ, ਪਹਿਲੀ ਕੰਪਲੇਂਟ ਅੱਜ ਲਿਖਾਈ। ਕੀ ਲੱਗਦਾ ਕਿ ਇਹ ਮਾਮਲਾ ਜਿਹੜਾ ਮਰਡਰ ਹੈ ਜਾਂ ਕਿਸ ਤਰ੍ਹਾਂ? ਹਾਲ ਦੀ ਘੜੀ ਤਾਂ ਮਰਡਰ ਦਾ ਕੇਸ ਰਜਿਸਟਰ ਕੀਤਾ ਜਾ ਰਿਹਾ, ਬਾਕੀ ਪੂਰੀ ਜਦੋਂ ਆਪਣੇ ਇਹਨਾਂ ਦੀ ਪੋਸਟਮਾਰਟਮ ਰਿਪੋਰਟ DNA ਪ੍ਰੋਫਾਈਲ ਵਗੈਰਾ ਸਾਰੀ ਆਏਗੀ ਸਾਹਮਣੇ, ਅਤੇ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਮੁੱਚ ਲਿਆਂਦੀ ਜਾਏਗੀ। ਠੀਕ ਹੈ। ਆਵਾਜ਼ ਕਮ TV ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ। थाना मैतर के अधीन आउंदी चौंकी बुटकला दे विच 10 साल पहला जमीन में दबा कंकाल बरामद करने की गल सामने आई है, जिसकी शनाख्त संबंधी पुलिस वालों जांच शुरू कर दी गई है। इस संबंधी जानकारी देंदिया SHO मनजिंदर सिंह ने दस्सिया कि उन्होंने पिंड दयालगढ़ का नौजवान निर्वैल सिंह ने शिकायत दर्ज करवाई थी कि उसके चाचे चाची वालों उसकी भैन का कतल करके लाश दब दी गई थी, इसको कढ़ाया जाए। इस संबंधी तहसीलदार साहब न बुला के कंकाल बाहर कढ़ाया गया और इस संबंधी कतल का मुकदमा दर्ज कर लिया गया। बाकी इस संबंधी अज तक 10 साल पहला परिवार वालों कोई गुमशुदगी की रिपोर्ट नहीं लिखाई गई थी। निर्वैल सिंह के बयान के मुताबिक यह घटना 2011 का है, जिसकी पोस्टमार्टम DNA रिपोर्ट में प्रोफाइल सामने आएगी, उदों बाकी की कार्रवाई अमल में ਲਿਆਂਦੀ ਜਾਵੇਗੀ। ਇੱਕ ਨਰਵੈਰ ਸਿੰਘ ਦਿਆਲਗੜ ਪਿੰਡ ਦਾ, ਇਹਨੇ ਕੰਪਲੇਂਟ ਦਿੱਤੀ ਸੀਗੀ ਕਿ ਮੇਰੀ ਭੈਣ ਦਾ 2011 ਦੇ ਵਿੱਚ ਮੇਰੇ ਚਾਚੇ ਚਾਚੀ ਵੱਲੋਂ ਕਤਲ ਕਰਕੇ ਉਹਦੀ ਲਾਸ਼ ਜਿਹੜੀ ਹੈ ਦੱਬ ਦਿੱਤੀ ਗਈ ਹੈ ਅਤੇ ਉਹਨੂੰ ਕੱਢਿਆ ਜਾਵੇ, ਅਤੇ ਇਸ 'ਤੇ ਜਿਹੜਾ ਉਪਰੰਤ ਜਿਹੜਾ ਮੌਕੇ 'ਤੇ ਤਹਿਸੀਲਦਾਰ ਸਾਹਿਬ ਲਾ ਕੇ ਅਤੇ ਉਹ ਕੰਕਾਲ ਨੂੰ ਕੱਢਿਆ ਗਿਆ, ਕੱਢ ਕੇ ਅਤੇ ਹੁਣ ਕੇਸ ਰਜਿਸਟਰ ਕਰਕੇ ਅਤੇ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਸਰ, ਜਿਹੜੀ ਇਹ ਜਾਣਕਾਰੀ ਕਦੋਂ ਤੁਸੀਂ ਕਿ ਉੱਥੇ ਕੰਕਾਲ ਦੱਬਿਆ ਗਿਆ? ਇਹ ਤਾਂ ਉਹਨੇ ਅੱਜ ਦੱਸਿਆ ਕੰਕਾਲ ਦੱਬਿਆ ਗਿਆ, ਪਰ ਉਹਨੇ ਦੱਸਿਆ ਕਿ ਮੈਨੂੰ 2011 ਦਾ ਪਤਾ ਸੀਗਾ। ਅਤੇ ਸਰ, ਉਹਦੇ 'ਤੇ ਇਸ ਸੰਬੰਧਿਤ ਵੀ ਕੋਈ ਕਾਰਵਾਈ ਕੀਤੀ ਜਾਏਗੀ ਕਿ ਇੰਨੇ ਸਾਲ ਦੀ ਉਹਨੇ ਜਾਣਕਾਰੀ ਜਿਹੜੀ ਉਹਨੂੰ ਹੀ ਛੁਪਾ ਕੇ ਰੱਖੀ? ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਲਾਸ਼ ਦੇਖਾਂਗੇ ਕਿ ਕਿਹੜੀ ਹੈ, ਕਿਉਂਕਿ ਪਿੰਜਰ ਮਿਲਿਆ ਇਨਸਾਨੀ ਹੈ ਜਾਂ ਲੇਡੀਜ਼ ਦੀ ਜਾਂ ਜੈਂਟਸ ਦੀ ਹੈ, ਪੂਰਾ ਵੇਰੀਫਾਈ ਕਰਨ ਤੋਂ ਉਪਰੰਤ ਜਿਹੜਾ ਵੀ ਕੋਈ ਦੋਸ਼ੀ ਪਾਏਗਾ ਉੱਥੇ ਖੁਲਾਸਾ ਸਖ਼ਤ ਕਾਰਵਾਈ ਕੀਤੀ ਜਾਏਗੀ। ਪੁਰਾਣਾ ਕੰਕਾਲ ਹੈ ਇਹਨਾਂ ਦੇ ਬਿਆਨਾਂ ਮੁਤਾਬਕ 2011 ਦਾ, ਕਰੀਬ 10 ਸਾਲ ਤੋਂ ਉੱਪਰ ਹੈ। ਤਾਂ ਸਰ, ਜਿਹੜੀ ਉਸ ਦੌਰਾਨ ਜਦੋਂ ਇਹ ਮਾਮਲਾ ਦਰਜ ਹੋਇਆ, ਕੇਸ ਦਰਜ ਹੋਇਆ, ਤਾਂ ਪੁਲਿਸ ਵੱਲੋਂ ਕੋਈ ਜਾਂਚ ਕੀਤੀ ਗਈ ਸੀ? ਕਦੋਂ ਤੋਂ? ਜਦੋਂ ਇਹ ਕੇਸ ਦਰਜ ਕੀਤਾ ਸੀ ਉਹਨਾਂ ਨੇ, ਜਦੋਂ ਕਤਲ ਹੋਇਆ ਕੋਈ ਲਾਪਤਾ ਸੀ ਕਿ ਨਹੀਂ? ਉਹ ਇਹਨਾਂ ਕੋਈ ਕੰਪਲੇਂਟ ਨਹੀਂ ਲਿਖਾਈ ਉਹਨਾਂ ਦੀ, ਕੰਪਲੇਂਟ ਕੋਈ ਨਹੀਂ, ਪਹਿਲੀ ਕੰਪਲੇਂਟ ਹੀ ਅੱਜ ਲਿਖਾਈ ਹੈ। ਹਾਂਜੀ, ਪਹਿਲੀ ਕੰਪਲੇਂਟ ਅੱਜ ਲਿਖਾਈ। ਸਰ, ਕੀ ਲੱਗਦਾ ਕਿ ਇਹ ਮਾਮਲਾ ਜਿਹੜਾ ਮਰਡਰ ਹੈ ਜਾਂ ਕਿਸ ਤਰ੍ਹਾਂ? ਹਾਲ ਦੀ ਘੜੀ ਤਾਂ ਮਰਡਰ ਦਾ ਕੇਸ ਰਜਿਸਟਰ ਕੀਤਾ ਜਾ ਰਿਹਾ, ਬਾਕੀ ਪੂਰੀ ਜਦੋਂ ਆਪਣੇ ਇਹਨਾਂ ਦੀ ਪੋਸਟਮਾਰਟਮ ਰਿਪੋਰਟ DNA ਪ੍ਰੋਫਾਈਲ ਵਗੈਰਾ ਸਾਰੀ ਆਏਗੀ ਸਾਹਮਣੇ, ਅਤੇ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਮੁੱਚ ਲਿਆਂਦੀ ਜਾਏਗੀ। ਠੀਕ ਹੈ।
ਆਵਾਜ਼ ਏਕਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।